ਆਪਾਂ ਖੜੇ ਹਾਂ ਡੱਬਵਾਲੀ ਦੇ ਵਿੱਚ ਜਿੱਥੇ ਜੀਪ ਮਾਰਕੀਟ ਹੈ ਜੀਪ ਮਾਰਕੀਟ ਦੇ ਪਿੱਛੇ ਇੱਥੇ ਆਹ ਜਿਹੜੀਆਂ ਜੀਪਾਂ ਖੜੀਆਂ ਇਹ ਇੱਕ ਘੰਟਾ ਪਹਿਲਾਂ ਸਹੀ ਸਲਾਮਤ ਖੜੀਆਂ ਸੀਗੀਆਂ ਵੀ ਇਹਨਾਂ ਦੇ ਬਹੁਤ ਚਾਲੂ ਕੰਡੀਸ਼ਨ ਸੀ ਇੱਕ ਹਿਸਾਬ ਦੀਆਂ ਵੀ ਇਹਨਾਂ ਨੂੰ ਚੱਕ ਕੇ ਟਾਇਰ ਟੱਪਾ ਅਤੇ ਇੰਜਨ ਹੀ ਰੱਖਣਾ ਅਤੇ ਇਹਨੂੰ ਹੁਣੀ ਹੁਣੀ ਅੱਗ ਪੈ ਗਈ ਅਤੇ ਇਹਦੇ 'ਤੇ ਚਾਰ ਤਾਂ ਇਹੋ ਜਿਹੀਆਂ ਸੀਗੀਆਂ ਜਿਨ੍ਹਾਂ ਦੇ ਉੱਤੇ ਨਾ ਕੋਈ ਐਡਾ ਰੰਗ ਰੋਗਣ ਦੀ ਕਰਨ ਦੀ ਲੋੜ ਸੀ ਨਾ ਵਾਸਤਾ ਮੁਸ਼ਕ ਮਾਰਦੀ ਇੱਥੋਂ ਗੰਦੀ ਅੱਗ ਹੁਣੀ ਹੁਣੀ ਬੁਝਾਈ ਹੈ ਅਤੇ ਬਈ ਉਹਨਾਂ ਦਾ ਚਾਰ ਜੀਪਾਂ ਦਾ ਘੱਟੋ ਘੱਟ ਨੁਕਸਾਨ ਹੋ ਗਿਆ ਇਹ ਹਜੇ ਵੀ ਇਹਨਾਂ ਨੂੰ ਕੁਛ ਨਹੀਂ ਵਿਗੜਿਆ ਇਹ ਲੋਹਾ ਤਾਂ ਕੰਮ ਆ ਜੂਗਾ ਹੁਣ ਵੀ ਅਤੇ ਪਰ ਜਿਹੜਾ ਇਹਨਾਂ ਦੇ ਉੱਤੇ ਫੋਮ ਸੀ ਜਾਂ ਜਿਵੇਂ ਬਾਰੀਆਂ ਬੂਰੀਆਂ ਉਹ ਖਰਾਬ ਹੋ ਗਈਆਂ ਅਤੇ ਉਹਨਾਂ ਦੀ ਟੁੱਟ ਫੁੱਟ ਹੋ ਗਈ ਉਹ ਮੱਚ ਗਈਆਂ ਵੱਧ ਜਿਵੇਂ ਥਾਰ ਦਾ ਅਤੇ ਆਹ ਮੇਜਰ ਆਹ ਇੱਧਰਲੀ ਰਹਿ ਗਈ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਸੱਤ ਜੀਪਾਂ ਨੂੰ ਅੱਗ ਲੱਗੀ ਹੈ ਅਤੇ ਇੱਕ ਰਹਿ ਗਈ ਸੀ ਪਿੱਛੇ ਅਤੇ ਨੁਕਸਾਨ ਹੋਇਆ ਬਾਈ ਉਹਨਾਂ ਦਾ ਬਹੁਤ ਕਿਸੇ ਟਾਈਮ ਇਹਨਾਂ ਨੇ ਸੜਕਾਂ 'ਤੇ ਭੱਜਣਾ ਹੈ ਹਜੇ ਵੀ ਇਹਨਾਂ ਦਾ ਕੋਈ ਕੁਛ ਨਹੀਂ ਵਿਗੜਿਆ ਲੋਹੇ ਦਾ ਇਹਦਾ ਕੁੱਟ ਕੇ ਸਿੱਧਾ ਹੋ ਜੂਗਾ ਇਹਨਾਂ ਨੇ ਮਹਾਰਾਸ਼ਟਰ ਯੂਪੀ ਇਹਨਾਂ ਸਾਈਡਾਂ 'ਚ ਹਜੇ ਵੀ ਬਹੁਤ ਧੁੰਮਾ ਪਾਉਣਾ ਇਹਨਾਂ ਦਾ ਕੁਛ ਨਹੀਂ ਵਿਗੜਿਆ ਇਹ ਡੱਬ ਵਾਲੀ ਹੈ ਇੱਥੇ ਕੁਛ ਵੀ ਹੋ ਸਕਦਾ ਕਦੋਂ ਵੀ ਕੋਈ ਵੀ ਜੀਪ ਦੀ ਐਡੀ ਘੈਂਟ ਮੋਡੀਫਿਕੇਸ਼ਨ ਹੋ ਕੇ ਕਿੱਥੋਂ ਕਿੱਥੇ ਪਹੁੰਚ ਜੇ ਜੀਪ ਕੋਈ ਪਤਾ ਨਹੀਂ ਐਵੇਂ ਤਾਂ ਨਹੀਂ ਡੱਬ ਵਾਲੀ ਦਾ ਨਾਮ ਗੂੰਜਦਾ ਗਾਣਿਆਂ 'ਚ ਜਾਂ ਹੋਰ ਕਿਤੇ ਪਰ ਇਹ ਅੱਗ ਲੱਗਣ ਵਾਲਾ ਕੰਮ ਬਹੁਤ ਮਾੜਾ ਹੋਇਆ।